ਅਕਾਲੀ ਦਲ ਛੱਡ ਕੇ ਸਾਂਸਦ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਉੱਥੇ ਫਿਰੋਜ਼ਪੁਰ ਸੀਟ ਤੋਂ ਚੋਣਾਂ ਲੜਨ ਦੀ ਸੰਭਾਵਨਾ ਨੂੰ ਵੇਖਦੇ ਹੋਏ ਕਾਂਗਰਸ ਦਾਅਵੇਦਾਰੀਆਂ 'ਚ ਖਲਬਲੀ ਮੱਚ ਗਈ ਹੈ। ਹਰਦੀਪ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਾਂਗਰਸ ਵਿੱਚ ਨਵੇਂ ਆਏ ਜਾਂ ਕਿਸੇ ਵੀ ਨੇਤਾ ਨੂੰ ਚੋਣਾਂ ਲੜਨ ਦੀ ਜ਼ਿੰਮੇਵਾਰੀ ਉਦੋਂ ਦੇਣੀ ਚਾਹੀਦੀ ਹੈ ਜਦੋਂ ਤੱਕ ਪਾਰਟੀ 'ਚ ਆਇਆਂ ਨੂੰ 3 ਸਾਲ ਹੋ ਜਾਣ। ਢਿੱਲੋਂ ਖੇਲ ਮੰਤਰੀ ਗੁਰਮੀਤ ਸਿੰਘ ਸੋਢੀ ਦੇ ਕਾਫੀ ਨਜ਼ਦੀਕ ਹਨ। ਇਹਦੇ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਢਿੱਲੋਂ ਆਪਣੇ ਜ਼ਰੀਏ ਸੋਢੀ ਦੀ ਗੱਲ ਵੀ ਹਾਈਕਮਾਂਡ ਤੱਕ ਪਹੁੰਚਾਉਣਾ ਚਾਹੁੰਦੇ ਹਨ। ਸੋਢੀ ਵੀ ਫਿਰੋਜ਼ਪੁਰ ਸੀਟ ਤੋਂ ਦਾਅਵੇਦਾਰੀ ਹਾਈਕਮਾਂਡ ਨੂੰ ਦੇ ਚੁੱਕੇ ਹਨ। ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਘੁਬਾਇਆ ਅਕਾਲੀ ਦਲਾਂ ਵਿੱਚ ਅਤੇ ਉਹਨਾਂ ਕਈ ਝੂਠੇ ਪਰਚੇ ਵੀ ਦਰਜ ਕਰਾਏ ਹਨ ਅਤੇ ਢਿੱਲੋਂ ਨੇ ਕਿਹਾ ਕਿ ਪਾਰਟੀ ਦਾ ਰੂਲ ਹੈ ਕਿ ਜਿਹੜਾ ਵੀ ਬੰਦਾ 3 ਸਾਲ ਪਾਰਟੀ ਦੀ ਸੇਵਾ ਕਰਦਾ ਹੈ ਉਹੀ ਪਾਰਟੀ ਵਿੱਚ ਅਹੁਦੇ ਦਾ ਹੱਕਦਾਰ ਹੁੰਦਾ ਹੈ ਅਤੇ ਢਿੱਲੋਂ ਨੇ ਕਿਹਾ ਕਿ ਉਹ ਪਾਰਟੀ ਵਿੱਚ ਘੁਬਾਇਆ ਦਾ ਸਵਾਗਤ ਕਰਦੇ ਹਨ ਪਰ ਪਾਰਟੀ ਦੇ ਜ਼ਿੰਮੇਵਾਰੀਆਂ ਨੂੰ ਵੇਖਦੇ ਹੋਏ ਘੁਬਾਇਆ ਨੂੰ ਹਜੇ ਵੱਡੀ ਜ਼ਿੰਮੇਦਾਰੀ ਨਹੀਂ ਦੇਣੀ ਚਾਹੀਦੀ।